ਔਰ ਇੱਕ ਚੀਜ਼ ਹੋਰ ਤੁਹਾਨੂੰ ਦਿਖਾਵਾਂ, ਗੱਡੀ ਦਾ ਗੇਅਰ ਲੀਵਰ ਦੇਖੋ ਜ਼ਰਾ, ਅਰੇ ਗੇਅਰ ਲੀਵਰ ਵੀ ਤਿੰਨ ਹੈ, ਲੋ ਮੀਡੀਅਮ ਹਾਈ, ਲੋ ਮੀਡੀਅਮ ਹਾਈ, ਔਰ ਅੱਗੇ ਦੂਸਰਾ ਸੁਪਰ ਸੀਡਰ ਵਾਸਤੇ ਆ ਬੈਸਟ ਟਰੈਕਟਰ, ਯਾਨੀ ਕਿ ਟਰੈਕਟਰ ਬਿਲਕੁਲ ਜੂਨ ਦੀ ਤੌਰ ਚੱਲੇਗਾ। ਅਸੀਂ ਆ ਤੁਹਾਨੂੰ ਹੁਣੇ ਚਲਾ ਕੇ ਨਾ ਪਹਿਲੇ ਲੋ 'ਚ ਇਹਨੂੰ ਤੋਰ ਕੇ ਵੀ ਦਿਖਾਏਗਾ ਕਿੰਨਾ ਸਲੋ। ਓਰੀਜਨਲ 290 ਸਪੈਸ਼ਲ ਮੈਸੀ ਫਰਗੂਸਨ ਦਾ 4x4। ਅਸਲਾਮ ਵਾਲੇਕੁਮ ਦੋਸਤੋ, ਆਪਣਾ ਚੈਨਲ ਪੀ ਕੇ ਅਤੇ ਖੁਸ਼ ਆਮਦੀਦ ਕਹਿੰਦੇ ਸਾਰੇ ਭਰਾਵਾਂ ਨੂੰ। ਦੋਸਤੋ, ਲਾਹੌਰ ਵੜਕੀ ਰੋਡ 'ਤੇ ਨਦੀਮ ਬ੍ਰਦਰ ਆਟੋ ਇੰਜੀਨੀਅਰਿੰਗ ਦੇ ਵਿੱਚ ਮੌਜੂਦ ਹਾਂ। ਲਓ ਜੀ, ਨਦੀਮ ਸਾਹਿਬ ਕੋਲ ਇੱਕ ਸਪੈਸ਼ਲ ਆਇਆ ਜੀ, 290 4x4 ਇੰਗਲੈਂਡ ਮਾਡਲ। ਇਹ ਮੁਕੰਮਲ ਓਵਰਆਲ ਹੋਣ ਲਿਆ, ਮੁਕੰਮਲ ਇੰਜਨ ਵਗੈਰਾ ਹਰ ਚੀਜ਼ ਇਹ ਨਦੀਮ ਸਾਹਿਬ ਨੇ ਇਹਦੇ ਕੀਤੀ ਹੈ। ਬਾਕੀ ਮਜ਼ੀਦ ਗੱਲਬਾਤ ਕਰਦੇ ਹਾਂ ਭਾਈ, ਮਜ਼ੀਦ ਇਹਨਾਂ ਕੀ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਐਡ ਕੀਤੀ ਹੈ ਚੈੱਕ ਕਰੋ ਜੀ। ਬਾਕੀ ਗੱਲਬਾਤ ਕਰਦੇ ਹਾਂ ਨਦੀਮ ਸਾਹਿਬ ਨਾਲ, ਮੁਕੰਮਲ ਡਿਟੇਲ ਵਗੈਰਾ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਵੀਡੀਓ ਦੋਸਤੋ ਐਂਡ ਤੱਕ ਦੇਖਣੀ ਹੈ, ਲਾਈਕ ਸ਼ੇਅਰ ਲਾਜ਼ਮੀ ਕਰ ਦੇਣਾ। ਲਓ ਜੀ ਦੋਸਤੋ, ਨਦੀਮ ਸਾਹਿਬ ਸਾਡੇ ਨਾਲ ਮੌਜੂਦ ਨੇ, ਮਜ਼ੀਦ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਹਾਂਜੀ ਨਦੀਮ ਸਾਹਿਬ, ਕੀ ਹਾਲ? ਠੀਕ ਠਾਕ ਹੋ? ਸ਼ੁਕਰ ਹੈ ਅੱਲਾ ਦਾ। ਅਤੇ ਮਾਸ਼ਾਅੱਲਾ ਇੱਕ ਨਵਾਂ ਸ਼ਾਹਕਾਰ ਆਇਆ ਤੁਹਾਡੇ ਕੋਲ, ਕੋਈ ਨਵੀਂ ਨਵੀਂ ਚੀਜ਼ ਹੀ ਆਉਂਦੀ ਹੈ। ਬਸ ਜੀ, ਆਹ ਦੋਸਤ ਖਰੀਦ ਕੇ ਲਿਆਉਂਦੇ ਆ। ਆਹ ਦੇਖੋ, ਆਹ ਓਰੀਜਨਲ ਓਰੀਜਨਲ 290 ਸਪੈਸ਼ਲ ਮੈਸੀ ਫਰਗੂਸਨ 4x4 ਹੈ। ਵਾਹ, ਓਰੀਜਨਲ 290 ਸਪੈਸ਼ਲ ਮੈਸੀ ਫਰਗੂਸਨ ਦਾ 4x4। ਇਹ ਪਾਕਿਸਤਾਨ 'ਚੋਂ ਕਿਵੇਂ ਮਿਲਦੇ ਇਹਨਾਂ ਨੂੰ ਮਾਲਕਾਂ ਨੂੰ? ਬਸ ਆ ਲੱਭ ਜਾਂਦੇ ਜੀ, ਜਿਹੜੇ ਚਾਹਤ ਰੱਖਦੇ ਆ ਉਹ ਕਿਤੋਂ ਨਾ ਕਿਤੋਂ ਉਹਨਾਂ ਨੂੰ ਗੱਡੀਆਂ ਲੱਭ ਜਾਂਦੀ ਹੈ, ਉਹ ਫਿਰ ਸਾਡੇ ਕੋਲ ਵੀ ਆ ਜਾਂਦੇ ਚਾਹਤ ਵਾਲੇ ਲੋਕ। ਔਰ ਇੱਕ ਚੀਜ਼ ਹੋਰ ਤੁਹਾਨੂੰ ਦਿਖਾਵਾਂ, ਗੱਡੀ ਦਾ ਗੇਅਰ ਲੀਵਰ ਦੇਖੋ ਜ਼ਰਾ, ਅਰੇ ਗੇਅਰ ਲੀਵਰ ਵੀ ਤਿੰਨ ਜੇ। ਲਓ ਜੀ, ਤਿੰਨ ਸਪੀਡਾਂ ਜੀ ਚੈੱਕ ਕਰੋ। ਐਰਾ ਲੋ ਮੀਡੀਅਮ ਹਾਈ। ਵਾਹ, ਲੋ ਮੀਡੀਅਮ ਹਾਈ, ਔਰ ਅੱਗੇ ਦੂਸਰਾ ਉਸਰਾ ਗੇਅਰ। ਅੱਛਾ, ਤੀਸਰੇ ਦਾ ਕੀ? ਐਰੇ ਤਿੰਨ ਗੇਅਰ ਹੈ ਨਾ, ਇੱਕ 'ਚ ਲੋ ਮੀਡੀਅਮ ਹੋ ਗਿਆ, ਠੀਕ ਹੈ ਜੀ, ਤਿੰਨ ਸਪੀਡ ਗੇਅਰ ਹੈ ਨਾ, ਦੂਸਰੀਆਂ ਗੱਡੀਆਂ ਦੇ ਡਬਲ ਸਪੀਡ ਹੁੰਦੇ ਆ, ਇੱਕ ਗੇਅਰ ਲੀਵਰ 'ਚ ਜਿੰਨੇ ਗੇਅਰ ਆ ਉਹਦੇ ਵਿੱਚ ਆ ਲੋ ਹਾਈ ਹੋ ਗਿਆ, ਇਹਦੇ ਵਿੱਚ ਫਿਰ ਇੱਕ ਗੇਅਰ ਹੋ ਗਿਆ, ਇਹਦੇ ਵਿੱਚ ਇਸੇ ਤਰ੍ਹਾਂ ਲੋ ਮੀਡੀਅਮ ਹਾਈ ਹੋ ਗਿਆ ਨਾ, ਤਿੰਨ ਗੇਅਰ ਹੋ ਗਏ, ਉੱਤੋਂ ਵੀ ਲੋ ਥੱਲੋਂ ਵੀ ਲੋ ਹੋ ਜਾਂਦਾ, ਦੋਨੋਂ ਗੇਅਰ ਲੀਵਰ ਹੋ ਜਾਂਦੇ ਆ। ਆਹ ਜਿਹੜੇ ਲੋਕ ਮੰਗਦੇ ਆ ਨਾ ਉਹਦੇ ਵਾਸਤੇ, ਸਾਨੂੰ ਉਹਦੇ ਵਾਸਤੇ ਸੁਪਰ ਸੀਡਰ ਵਾਸਤੇ, ਸੁਪਰ ਸੀਡਰ ਵਾਸਤੇ ਆ ਬੈਸਟ ਟਰੈਕਟਰ ਹੈ, ਯਾਨੀ ਕਿ ਟਰੈਕਟਰ ਬਿਲਕੁਲ ਜੂਨ ਦੀ ਤੌਰ ਚੱਲੇਗਾ। ਅਸੀਂ ਆ ਤੁਹਾਨੂੰ ਹੁਣੇ ਚਲਾ ਕੇ ਨਾ ਪਹਿਲੇ ਲੋ 'ਚ ਇਹਨੂੰ ਤੋਰ ਕੇ ਵੀ ਦਿਖਾਏਗਾ ਕਿੰਨਾ ਸਲੋ ਚੱਲਦਾ। ਬਿਲਕੁਲ ਸਲੋ ਚੱਲੇ, ਬਿਲਕੁਲ ਸਲੋ ਚੱਲੇਗਾ ਪਹਿਲੇ ਲੋ ਦੇ ਵਿੱਚ, ਯਾਨੀ ਕਿ ਜਿੱਥੇ ਸਾਡਾ ਟਰੈਕਟਰਾਂ ਦਾ ਲੋ ਚੱਲਦਾ ਹੈ ਨਾ, ਆ ਉੱਥੇ ਵੀ ਹੋਰ ਲੋ ਹੋ ਜਾਂਦਾ। ਅੱਛਾ ਜੀ ਜੀ, ਆ ਉਹ ਜਿਹੜੇ ਹੁੰਦੇ ਸੁਪਰ ਸੀਡਰ ਹੁੰਦੇ ਆ ਨਾ, ਜਿਹਦੇ ਵਿੱਚ ਉਹਨਾਂ ਨੂੰ ਰੂਟਾਵੇਟਰ ਜ਼ਿਆਦਾ ਉਹਨਾਂ ਨੇ ਕੱਟਣਾ ਹੁੰਦਾ, ਪਿੱਛੇ ਸੀਡਿੰਗ ਵੀ ਕਰਨੀ ਹੁੰਦੀ, ਸਾਰਾ ਕੁਝ, ਉਹਨਾਂ ਵਾਸਤੇ ਆ ਬੈਸਟ ਟਰੈਕਟਰ ਹੈ। ਇਹ ਰਣਜੀਤ ਸਾਹਿਬ, ਆਪਣਾ ਜਿਹੜਾ ATS ਬਣਾਇਆ, ਇਹਨੂੰ ਵੇਖ ਕੇ ਬਣਾਇਆ 290 ਜੀ? ATS ਜਿਹੜਾ ਹੈ ਨਾ ਉਹ ਅਸਲ ਇੰਗਲੈਂਡ ਦਾ ਮਾਡਲ 290 ਇਹੋ ਹੀ ਹੈ। ਆਹੋ, ਲੇਕਿਨ ਇਹਦੇ ਵਿੱਚ ਜਿਹੜਾ ਹੈ ਨਾ ਉਹਨਾਂ ਨੇ ਗੇਅਰ ਇੱਕ ਸਪੈਸ਼ਲ ਪਾ ਦਿੱਤਾ ਹੈ। ਇਹਦਾ ਜਿਹੜਾ PTO ਸੀ ਉਹ ਹਾਈਡਰੋ ਸੀ। ਅੱਛਾ, PTO ਹਾਈਡਰੋ ਸੀ। ਅੱਛਾ, ਉਹ PTO ਹਾਈਡਰੋ ਦੇ ਨਾਲ ਇਹਨਾਂ ਨੇ ਹਾਈਡ੍ਰਾਲਿਕ ਜਿਹੜਾ ਹੈਗਾ ਸੀ ਉਹਨੂੰ ਕੂਲਰ ਵੀ ਲਾਇਆ ਸੀ, ਉਹ ਜਿਸ ਤਰ੍ਹਾਂ ਹੈਗਾ ਸੀ ਨਾ, ਜਿਸ ਤਰ੍ਹਾਂ ਫੋਰਡ ਟਰੈਕਟਰ ਦਾ ਉਸ ਤਰ੍ਹਾਂ ਦਾ ਸੀ, ਲੇਕਿਨ ਉਹਦੇ ਪਾਰਟਸ ਚੂੰਕਿ ਇੱਥੇ ਮਿਲੇ ਨਹੀਂ, ਅਤੇ ਫਿਰ ਅਸੀਂ ਉਹ ਸਾਰਾ PTO ਹਾਈਡਰੋ ਜਿਹੜਾ ਇਹਨਾਂ ਉਹ ਖਰਾਬ ਸੀ, ਅਸੀਂ ਉਹ ਫਿਰ ਸਾਰੇ ਪੁਰਜ਼ੇ ਕੱਢ ਕੇ ਅਤੇ ਇਹਨੂੰ ਮੈਨੂਅਲ ਜਿਸ ਤਰ੍ਹਾਂ 290 ਜਾਂ 85 ਦਾ ਹੁੰਦਾ ਨਾ ਗੇਅਰ ਲੀਵਰ, ਉਹ ਗੇਅਰ ਲੀਵਰ ਲਾ ਕੇ ਮਕੈਨੀਕਲ ਗੇਅਰ ਲਾ ਦਿੱਤਾ। ਅੱਛਾ ਅੱਛਾ, ਹਾਈਡਰੋ ਨਹੀਂ ਲੱਗੀ? ਹਾਈਡਰੋ ਖਰਾਬ ਸੀ, ਉਹ ਗੁੱਲਾ ਖਰਾਬ ਸੀ ਅਤੇ ਉਹ ਅਵੇਲੇਬਲ ਨਹੀਂ ਸੀ, ਨਾ ਨਵਾਂ ਮਿਲਦਾ ਸੀ ਨਾ ਪੁਰਾਣਾ ਮਿਲਦਾ ਸੀ,
ਤੇ ਲਿਹਾਜ਼ਾ ਫਿਰ ਅਸੀਂ ਉਹਨੂੰ ਫਿਰ ਸਾਨੂੰ ਮੈਨੂਅਲ ਕਰਨਾ ਪਿਆ। ਤੁਸੀਂ ਸਰਗੋਧੇ ਵੀ ਪਤਾ ਪੁਤਾ ਕੀਤਾ? ਸਰਗੋਧੇ ਵੀ ਪਤਾ ਕਰ ਲਿਆ ਸੀ, ਉਹ ਵੀ ਪਤਾ ਕਰ ਲਿਆ ਸੀ, ਉੱਥੇ ਨਹੀਂ ਸੀ ਹੈਗਾ। ਅਗਰ ਹੁੰਦਾ ਤੇ ਅਸੀਂ ਉਹ ਗੁੱਛਾ ਪਾ ਦਿੰਦੇ, ਉਹ ਦੋ ਪੁਰਜ਼ੇ ਪਾ ਦਿੰਦੇ ਤੇ ਉਹ ਫਿਰ ਹਾਈਡਰੋ ਚਾਲੂ ਰਹਿਣਾ ਸੀ। ਫਿਰ ਉਹ ਹਾਈਡਰੋ ਐਰੀ ਫਿਰ PTO ਵੀ ਬਦਲ ਦਿੱਤੀ, ਵਿੱਚ ਵਾਲੀ ਇੱਕ ਸ਼ਾਫੜ ਬਦਲ ਦਿੱਤੀ ਤੇ ਬਾਹਰੋਂ ਆ ਗੇਅਰ ਲਾ ਦਿੱਤਾ ਤੇ ਉਹ ਹਾਈਡ੍ਰੋਲਿਕ ਦਾ ਜਿਹੜਾ ਕੂਲਰ ਹੈ ਉਹ ਲਾ ਦਿੱਤਾ ਤੇ ਇਹਨੂੰ ਜਿਹੜਾ ਨਾ ਮੈਨੂਅਲ ਕਰ ਦਿੱਤਾ। ਹਾਈਡਰੋ ਦਾ ਕੀ ਮਕਸਦ ਹੁੰਦਾ ਹੈ? ਹਾਈਡਰੋ ਹੁੰਦਾ ਜਿਸ ਤਰ੍ਹਾਂ ਫੋਰਡ ਟਰੈਕਟਰ ਨੂੰ PTO ਨਹੀਂ ਸੀ ਆਉਂਦਾ, ਫੋਰਡ ਟਰੈਕਟਰ ਨੂੰ ਫੋਰਡ 36-10 46-10 ਨੂੰ, ਯਾਨੀ ਕਿ ਉਹ ਹਾਈਡ੍ਰੋਲਿਕ ਕਲੱਚ ਪਲੇਟਾਂ ਹੁੰਦੀਆਂ ਜਿਸ ਤਰ੍ਹਾਂ ਆਟੋਮੈਟਿਕ ਸਾਡੀਆਂ ਗੱਡੀਆਂ ਦੇ ਵਿੱਚ ਗੇਅਰ ਨਹੀਂ ਹੁੰਦੇ, ਉਸ ਤਰ੍ਹਾਂ ਇਹਦਾ PTO ਹੁੰਦਾ। ਲੇਕਿਨ ਉਹ PTO ਵੀ ਮੈਂ ਠੀਕ ਕਰਦਾ ਰਿਹਾ ਅੱਜ ਤੋਂ ਕੋਈ 24 ਸਾਲ ਪਹਿਲੇ। ਲੇਕਿਨ ਉਹਦੇ ਵਿੱਚ ਮਸਲਾ ਇਹੋ ਹੀ ਆਉਂਦਾ ਸੀ ਕਿ ਜਿਸ ਟਾਈਮ ਅਸੀਂ ਇੱਥੇ ਠੀਕ ਕਰਨੇ ਸੀ ਨਾ, ਉਹ ਇੱਕ ਸੀਜ਼ਨ ਹੀ ਚੱਲਦਾ ਸੀ, ਉਹਦੇ ਵਿੱਚ ਫਿਰ ਰਿੰਗ ਛਿੰਗ ਬਣਾ ਕੇ ਪਾਈਦੇ ਸੀ, ਪਲੇਟਾਂ ਦੀ ਪਲੇ ਕੱਢੀ ਦੀ ਸੀ, ਉਹਦੇ ਬੁਸ਼ ਲਾਈਦੇ ਸੀ, ਉਹ ਫਿਰ ਇੱਕ ਸੀਜ਼ਨ 'ਤੇ ਬਿਹਤਰੀਨ ਚੱਲਦਾ ਸੀ। ਲੇਕਿਨ ਇਹਦੇ ਵਿੱਚ ਆ ਮਕੈਨੀਕਲ ਦੇ ਵਿੱਚ ਆ ਸਾਲਾ ਸਾਲ ਚੱਲਦਾ ਰਹਿੰਦਾ, ਉਹ ਫਿਰ ਇਹੀ ਹੈ ਬਿਹਤਰ ਸੋਚਿਆ ਕਿ ਅਗਰ ਉਹ ਅੱਜ ਅਗਰ ਗੁੱਲਾ ਨਹੀਂ ਮਿਲਿਆ, ਕੱਲ੍ਹ ਨੂੰ ਵੀ ਦੁਬਾਰਾ ਨਾ ਮਿਲੇ, ਉਹਦੇ ਨਾਲ ਉਹ 40-50-60 ਹਜ਼ਾਰ ਦਾ ਸਮਾਨ ਪਾਓ ਤੇ ਇਹਨੂੰ ਸਾਰਾ ਮੈਨੂਅਲ ਹੀ ਕਰ ਦਿਓ, ਤੇ ਉਹ ਸਾਰਾ ਖੋਲ ਕੇ ਹੀ ਮੈਨੂਅਲ ਕਰ ਦਿੱਤਾ। ਅੱਛਾ, ਬਾਕੀ ਉਹ ਮਜ਼ੀਦ ਐਡ ਲੱਗੇ ਮੈਨੂਅਲ 'ਚ ਕਿੰਨੇ ਮਜ਼ੀਦ ਪੈਸੇ ਵਗੈਰਾ ਲੱਗੇ? ਹਾਂ, ਮੈਨੂਅਲ 'ਤੇ ਉਹ ਫਿਰ PTO ਸ਼ਾਫੜ ਪਈ ਆ, ਉਹਦੀ ਗੁੜਕਾ ਪਿਆ, ਉਹ ਕੁਝ 50-60 ਹਜ਼ਾਰ ਦਾ ਸਮਾਨ ਪਿਆ, ਉਹਨੇ ਕਸਟਮਰ ਖੁਦ ਖਰੀਦ ਕੇ ਲਿਆਇਆ, ਉਹ ਦੱਸ ਦਿੰਦਾ ਤੁਹਾਨੂੰ ਕਿੰਨਾ ਪਿਆ। ਔਰ ਇਹਦੇ ਵਿੱਚ ਇਜ਼ਾਫੀ ਚੀਜ਼ ਹੈ, ਆਹ ਦੇਖੋ ਫਿਲਟਰ ਉਸੇ ਤਰ੍ਹਾਂ ਹੀ ਲੱਗਾ ਹੈ, ਫਿਲਟਰ ਬਾਡੀ ਉਸੇ ਤਰ੍ਹਾਂ ਹੀ ਲੱਗੀ ਹੈ ਜਿਸ ਤਰ੍ਹਾਂ ਅਸੀਂ 290 ਦੀ ਲਾਈ ਹੈ, ਉਸੇ ਤਰ੍ਹਾਂ ਹੀ ਇਹਨੂੰ ਆਇਲ ਕੂਲਰ ਲਾਇਆ। ਅਗਲੀ ਗ੍ਰਿਲ ਖੋਲੋ ਜੀ ਹੁਣ ਇਹਦੀ ਤਰ੍ਹਾਂ। ਅੱਛਾ, ਥੱਲੇ ਹੁਣ ਜਿਹੜੇ ਆਪਾਂ ਨਦੀਮ ਸਾਹਿਬ ਪਿੱਛੇ ਥੱਲੇ ਵੇਖ ਲਈਏ, ਆਹ ਜਿਹੜੀ 4x4 ਦੀ ਕਿੱਟ, ਇਹਦੀ ਥੱਲੇ ਐਰੀ 4x4 ਦੀ ਕਿੱਟ ਪਹਿਲੇ ਇਸ ਤਰ੍ਹਾਂ ਥੱਲੇ ਆਉਂਦੀ ਸੀ। ਹਾਂਜੀ, ਆਹ ਦੇਖੋ ਸੈਂਟਰ 'ਚ ਆਈ ਹੈ, ਆਹ ਪਹਿਲੇ ਜਿਹੜੇ ਮਾਡਲ ਹੈ ਨਾ, ਆ ਉਹ ਜਿਹੜਾ 165 ਸੀ ਨਾ, ਉਸ ਤੋਂ ਬਾਅਦ ਆਹ ਮਾਡਲ ਬਣਿਆ, ਉਹਦੀ ਵੀ ਸੈਂਟਰ 'ਚ ਸੀ। ਐਰੀ ਵੀ ਹੱਬ ਜਿਹੜੀ ਹੈ ਨਾ ਆਮ ਟਰੈਕਟਰਾਂ ਨਾਲੋਂ ਵੱਡੀ ਹੈ, ਲੇਕਿਨ ਜਿਹੜੇ ਹੁਣ 85 ਨੂੰ ਆਉਂਦੇ ਉਹਦੇ ਨਾਲੋਂ ਆ ਮਜ਼ਬੂਤ ਹੈਗਾ ਹੁਣ। ਅੱਛਾ ਜੀ, ਆਇਲ ਕੂਲਰ ਹੁਣ ਇਹਦੇ ਵਿੱਚ ਜਿਹੜਾ ਹੈਗਾ ਨਾ, ਇਹਦੇ ਵਿੱਚ ਚੂੰਕਿ ਅਸੀਂ ਹਾਈਡਰੋ 'ਤੇ ਲਾ ਦਿੱਤਾ ਅਤੇ ਹਾਈਡਰੋ ਵਾਲਾ ਜਿਹੜਾ ਆਇਲ ਕੂਲਰ ਹੈ ਉਹ ਉਤਾਰ ਦਿੱਤਾ, ਇੰਜਨ ਦਾ ਆਇਲ ਕੂਲਰ ਇਹਦੇ ਵਿੱਚ ਲਾ ਦਿੱਤਾ, ਠੀਕ ਹੋ ਗਿਆ, ਔਰ ਇੱਕ ਆ ਸਟੀਅਰਿੰਗ ਦਾ ਆਇਲ ਕੂਲਰ ਰਹਿਣ ਦਿੱਤਾ। ਆਹ ਦੇਖੋ ਇੰਨਾ ਕੁ ਚੱਲਿਆ, ਤੁਸੀਂ ਹੁਣੇ ਵੀ ਹੱਥ ਲਾ ਕੇ ਦੇਖ ਸਕਦੇ ਜੇ ਆਹ ਗਰਮ ਹੋਇਆ, ਯਾਨੀ ਕਿ ਆਇਲ ਕੂਲਰ ਜਿਹੜਾ ਹੈ ਨਾ, ਸਟੀਅਰਿੰਗ ਨੂੰ ਵੀ ਆਇਲ ਕੂਲਰ ਲੱਗਾ ਰਹਿੰਦਾ, ਉਹਦੇ ਨਾਲ ਪੰਪ ਦੀ ਵੀ ਲਾਈਫ ਵੱਧਦੀ ਹੈ, ਯੂਨਿਟ ਦੀ ਵੀ ਲਾਈਫ ਵੱਧਦੀ ਹੈ ਅਤੇ ਸਟੀਅਰਿੰਗ ਜੈਕ ਦੀ ਵੀ ਲਾਈਫ ਵੱਧਦੀ ਹੈ। ਔਰ ਆਹ ਦੇਖੋ ਸਾਡਾ ਨਹੀਂ ਲੱਗਿਆ, ਆਹ ਇੰਗਲੈਂਡ ਦਾ ਲੱਗਾ ਹੋਇਆ, ਔਰ ਇਹਦੇ ਵਿੱਚ ਰੇਡੀਟਰ ਜਿਹੜਾ ਛੋਟਾ ਸੀ ਉਹ 265 ਵਾਲਾ ਸੀ, ਉਹ ਜਿਹੜੀ ਆ ਗੱਡੀ ਗਰਮ ਹੁੰਦੀ ਸੀ, ਹੁਣ ਅਸੀਂ ਇਹਦੇ ਵਿੱਚ ਉਹ ਜਿਹੜਾ ਰੇਡੀਟਰ ਹੈ ਨਾ ਉਹੋ ਹੀ ਪਾ ਦਿੱਤਾ, ਜਿਹੜਾ 290 ਵਾਲਾ ਅਸੀਂ 85 'ਚ ਪਾਇਆ ਉਹ ਪਾ ਦਿੱਤਾ, ਤਾਂ ਕਿ ਆ ਗੱਡੀ ਦਾ ਹੀਟ ਹੋਣ ਵਾਲਾ ਮਸਲਾ ਖਤਮ ਹੋ ਗਿਆ। ਛੋਟਾ ਰੇਡੀਏਟਰ ਪਹਿਲੇ ਇਹਦਾ ਛੋਟਾ ਸੀ, ਆ ਗੱਡੀ ਗਰਮ ਹੁੰਦੀ ਸੀ। ਔਰ ਇਹ ਜਿਹੜਾ ਨਦੀਮ ਸਾਹਿਬ ਇਹਨਾਂ ਨੇ ਸਟੀਅਰਿੰਗ ਨੂੰ ਲਾਇਆ, ਸਟੀਅਰਿੰਗ ਨੂੰ ਦੇਖੋ ਛੋਟਾ ਜਿਹਾ ਨਾ ਕੂਲਰ ਲਾਇਆ, ਇਹਦੇ ਨਾਲ ਇਹਦੇ ਪੰਪ ਦੀ, ਸਟੀਅਰਿੰਗ ਯੂਨਿਟ ਦੀ ਔਰ ਜੈਕ ਦੀ ਲਾਈਫ ਵਧੀ ਹੈ। ਜਦ ਤੇਲ ਗਰਮ ਇੰਨਾ ਹੋ ਜਾਏ ਕਿ ਉਹਨੂੰ ਹੱਥ ਹੀ ਨਾ ਲੱਗੇ ਤੇ ਫਿਰ ਉਹ ਸੀਲਾਂ ਨੂੰ ਵੀ ਖਰਾਬ ਕਰਦਾ, ਸੀਲਾਂ ਨੂੰ ਵੀ ਹਾਰਡ ਕਰਦਾ ਔਰ ਖਰਾਬ ਕਰਦਾ। ਇਹ ਨਾਲ ਹੈ ਕਿ ਤੇਲ ਉਹ ਗਰਮ ਨਹੀਂ ਹੁੰਦਾ ਅਤੇ ਉਹ ਪੰਪ ਦੀ ਵੀ ਲਾਈਫ ਬਣੀ ਰਹਿੰਦੀ ਹੈ ਅਤੇ ਉਹਦੀ ਸੀਲਾਂ ਦੀ ਵੀ ਲਾਈਫ ਬਣੀ। ਇਹ ਕਿੱਥੋਂ ਲਿਆ ਇਹਨਾਂ ਨੇ ਆਇਲ? ਆਹ ਤੇਲ ਹੈ, ਇਹੋ ਹੀ ਜਿਹੜਾ ਸਟੀਅਰਿੰਗ ਪੰਪ ਦਾ ਤੇਲ ਹੈ, ਆਹ ਦੇਖੋ ਨਾ ਸਟੀਅਰਿੰਗ ਪੰਪ ਦਾ ਜਿਹੜਾ ਤੇਲ ਹੈ ਉਹ ਜਿਹੜਾ ਯੂਨਿਟ ਤੋਂ ਵਾਪਸ ਆਉਂਦਾ ਹੈ ਉਹ ਇਹਨਾਂ ਨੇ ਇਹਦੇ ਵਿੱਚ ਭੇਜ ਦਿੱਤਾ ਹੈ, ਯੂਨਿਟ ਦੀ ਵਾਪਸੀ, ਯਾਨੀ ਕਿ ਯੂਨਿਟ ਦੀ ਵਾਪਸੀ ਆ ਕੇ ਪੰਪ 'ਚ ਲੱਗਣੀ ਸੀ ਨਾ, ਇਹਨਾਂ ਨੇ ਵਾਪਸ ਭੇਜ ਦਿੱਤੀ ਅਤੇ ਫਿਰ ਉੱਥੋਂ ਠੰਡਾ ਹੋ ਕੇ ਅਤੇ ਪੰਪ ਦੇ ਅੰਦਰ ਆ ਗਿਆ, ਠੀਕ ਹੈ। ਔਰ ਆਹ ਦੇਖੋ ਇਹਦੀ ਵਾਇਰਿੰਗ ਦੇਖੋ, ਪਾਈਪਾਂ ਦੀ ਰੂਟਿੰਗ ਦੇਖੋ, ਇੱਧਰ ਦੇਖੋ ਆਹ ਸਾਰੇ ਪੈਪ ਕਿਸ ਤਰ੍ਹਾਂ ਲੋਹੇ ਦੇ ਲੱਗੇ ਆ, ਆਹ ਸਾਰੀ ਰੂਟਿੰਗ ਦੇਖੋ ਕਿੱਡੀ ਸ਼ਾਨਦਾਰ ਰੂਟਿੰਗ ਹੋਈ ਹੈ।
ਬਿਹਤਰੀਨ ਤਰਤੀਬ ਨਾਲ ਲੱਗੇ ਹੋਏ ਪੈਪ ਸੋਹਣੇ ਬੜੇ, ਔਰ ਐਕਸੀਲੇਟਰ ਵੀ ਯਾਰ ਬਿਹਤਰੀਨ ਪੋਜੀਸ਼ਨ 'ਚ ਹੈ, ਆਹ ਸਹੀ ਪੋਜੀਸ਼ਨ 'ਚ ਐਕਸੀਲੇਟਰ ਲੱਗਾ ਹੋਇਆ ਦੇਖੋ, ਇਸ ਪੋਜੀਸ਼ਨ ਦੇ ਉੱਤੇ ਐਕਸੀਲੇਟਰ ਹੈ, ਇਹਨੂੰ ਦਬਾਓ, ਐਰਾ ਬਿਲਕੁਲ ਉਸੇ ਤਰ੍ਹਾਂ ਹੈ, ਆਹ ਲੀਵਰਾਂ ਦੀ ਚਾਲ ਬਿਹਤਰੀਨ ਹੈ, ਆਹ ਦੇਖੋ ਆਹ ਲੀਵਰ ਦਾ ਐਂਗਲ ਸਹੀ ਹੈ, ਆਹ ਲੀਵਰ ਸਹੀ ਹੈ, ਉਸ ਤੋਂ ਇਲਾਵਾ ਇੱਧਰ ਬ੍ਰੇਕ ਦਾ, ਆਹ ਦੇਖੋ ਬ੍ਰੇਕ ਦੇ ਉੱਤੇ ਇਹਨਾਂ ਨੇ ਇੱਕ ਸਪੋਰਟ ਵੀ ਲਾਈ ਹੈ, ਤਾਂ ਕਿ ਇਹਦੇ ਨਾਲ ਆਹ ਹੁੰਦਾ ਆਹ ਹੈਂਡ ਬ੍ਰੇਕ ਛੱਡੋ ਕਿ ਪਾਇਦਾਨ ਜ਼ਿਆਦਾ ਪੈਰ ਉੱਤੇ ਨਾ ਜਾਏ। ਹਾਂਜੀ ਬਿਲਕੁਲ, ਅਗਰ ਬ੍ਰੇਕ ਆਹ ਦੇਖੋ ਨਾ ਹੁਣ ਇੱਥੇ ਆਏਗਾ ਨਾ ਬ੍ਰੇਕ, ਇਸ ਤੋਂ ਉੱਤੇ ਨਹੀਂ ਜਾਏਗੀ। ਹਾਂਜੀ ਇਹਦੇ ਵਿੱਚ ਇੱਕ ਹੋਰ ਵੀ ਸਿਸਟਮ ਹੈਗਾ ਸੀ, ਅਸੀਂ ਇਹਦੇ ਵਿੱਚ ਫਿਰ ਇਹਦੀ ਜਿਹੜੀ ਬੈਟਰੀ ਸੀ ਨਾ ਇਹਦੇ ਫਰੰਟ 'ਤੇ ਪਈ ਹੋਈ ਸੀ, ਆਓ ਮੈਂ ਤੁਹਾਨੂੰ ਦਿਖਾਉਂਦਾ, ਬੈਟਰੀ ਇੱਥੇ ਪਈ ਸੀ ਇਸ ਜਗ੍ਹਾ 'ਤੇ, ਬੈਟਰੀ ਸੀ ਉਹ ਵੀ ਰੇਡੀਏਟਰ ਨੂੰ ਨੁਕਸਾਨ ਦਿੰਦੀ ਸੀ ਔਰ ਹਵਾ 'ਚ ਰੁਕਾਵਟ ਬਣਦੀ ਸੀ, ਉਹ ਬੈਟਰੀ ਵੀ ਅਸੀਂ ਇੱਥੋਂ ਚੁੱਕੀ ਹੈ ਅਤੇ ਬੈਟਰੀ ਬਕਸਾ ਇੱਥੇ ਲੈ ਗਏ, ਆਹ ਦੇਖੋ ਬੈਟਰੀ ਬਕਸਾ ਵੀ ਇੱਥੇ ਲੈ ਗਏ, ਆਹ ਫਿਟਿੰਗ ਕੀਤੀ, ਆਹ ਬੈਟਰੀ ਬਕਸਾ ਸਾਰਾ ਆਪ ਫਿੱਟ ਕਰ ਦਿੱਤਾ ਇੱਥੇ ਉੱਤੇ, ਆਹ ਢੱਕਣ ਵੀ ਲਾ ਦਿੱਤਾ, ਸਾਰਾ ਬੈਟਰੀ ਬਕਸਾ ਇੱਥੇ ਲੈ ਗਏ, ਤਾਂ ਕਿ ਰੇਡੀਏਟਰ ਨੂੰ ਅੱਗੋਂ ਰੁਕਾਵਟ ਖਤਮ ਹੋਏ, ਹਵਾ ਪੂਰੀ ਪਏ, ਗੱਡੀ ਠੰਡੀ ਰਹੇ। ਇੱਕ ਹੀ ਬੈਲਟ ਆ ਰਿਹਾ, ਜੀ ਜੈਨੂਇਨ ਵੀ ਇੱਕੋ ਹੀ ਹੈ। ਅੱਛਾ ਕਿਹੜੀ ਹੈ ਚੇਸੀ ਬੱਤਰੀ, ਕਿੰਨੇ ਮਾਡਲ ਹੈ ਜੀ? ਆ ਜੇ ਮਾਡਲ ਹੈਗਾ ਜੇ ਆ 86 ਮਾਡਲ, 290 ਮਾਡਲ ਦੇ ਲਿਖੇ ਨਹੀਂ ਆ ਰਹੇ, ਨਹੀਂ ਆ 290 86 ਮਾਡਲ ਹੈ, ਉਹ ਦੂਸਰੇ 86 ਮਾਡਲ ਹੈ। ਅੱਛਾ ਤੇ ਹੋਰ ਨਦੀਮ ਸਾਹਿਬ ਇਹਨੂੰ ਓਵਰਹਾਲ ਕੀਤਾ ਮੁਕੰਮਲ, ਇਹਨੂੰ ਇੰਜਨ ਓਵਰਹਾਲ ਕੀਤਾ ਹੈ, ਇਹਦਾ ਫਿਰ ਗੇਅਰ ਦਾ ਉਹ ਕੰਮ ਕਰਨਾ ਪਿਆ ਉਹ ਸਾਦਾ ਵਾਸਤੇ, ਫਿਰ ਪਿਛਲੇ ਹਿੱਸੇ ਦਾ ਪੀਟੀਓ ਦਾ ਕੰਮ ਕੀਤਾ ਹੈ, ਆਹ ਸਾਰੇ ਮਾਮਲਾ ਤੇਰੇ ਕੀਤੇ ਆ। ਉਹ ਫਿਰ ਕਹਿ ਰਹੇ ਸੀ ਕਿ ਇਹਨੂੰ ਪੇਂਟ ਸ਼ੇਂਟ ਵੀ ਕਰਕੇ ਬਿਲਕੁਲ ਨਵਾਂ ਕਰ ਦਿਉ, ਹਾਂ ਇੱਕ ਚੀਜ਼ ਹੋਰ ਆਹ ਤੁਹਾਨੂੰ ਦਿਖਾਉਣ ਵਾਲੀ ਚੀਜ਼ ਜੀ, ਆਹ ਨੱਕੇ ਦੇਖੋ ਬੈਠ ਕੇ, ਅਰੇ ਵਾਹ ਨੱਕੇ ਦੇਖੋ, ਅਰੇ ਨੱਕੇ ਕਿਸ ਤਰ੍ਹਾਂ ਦੇ ਹੈ, ਡਬਲ ਡਬਲ ਨੱਕੇ ਔਰ ਨੱਕਿਆਂ ਦੀ ਮੋਟਾਈ ਦੇਖੋ, ਕਮਾਲ। ਫਿਰ ਆਹ ਹਾਂਡੀ ਦੇਖੋ, ਹਾਂਡੀਆਂ ਦਾ ਸਾਈਜ਼ ਦੇਖੋ, ਹਾਂਡੀਆਂ ਕਿੱਡੀਆਂ ਵੱਡੀ ਹੈ, ਇਹਨਾਂ ਕੋਲ ਲੋਹਾ ਵਾਧੂ ਆਇਆ ਮੈਨੂੰ, ਨਹੀਂ ਮੇਰਾ ਖਿਆਲ ਹੈ ਇਹਨਾਂ ਨੇ ਕੋਈ ਥੋੜ੍ਹੀ ਜਿਹੀ ਮਿਹਨਤ ਨਾਲ ਚੀਜ਼ ਬਣਾਈ ਹੈ, ਇਹਦੇ ਲਿੰਕ ਹੀ ਬੜੀ ਭਾਰੀ ਹੈ, ਲਿੰਕ ਤਾਂ ਭਾਰੀ ਹੈ, ਬਹੁਤ ਭਾਰੀ ਆ, ਸਹੀ ਹੈ, ਅਸਲ 290 ਦੀ ਲਿੰਕ ਇਹ ਹੋਈ ਹੈ, ਹਾਂਡੀਆਂ ਦਾ ਤੇਲ ਵੀ ਵੱਖਰਾ ਹੈ, ਇਹ ਕਿਵੇਂ ਵੱਖਰਾ, ਨਖਰਾ ਦੇਖੋ ਨਾ, ਨੱਟ ਦਿੱਤੇ ਤੇਲ ਪਾਉਣ ਵਾਸਤੇ, ਥੱਲੋਂ ਕੱਢਣ ਵਾਸਤੇ। ਵਾਹ, ਇੱਥੇ ਕਿੰਨਾ ਪੈਂਦਾ ਤੇਲ? ਇਹ 'ਚ ਪੈ ਜਾਏਗਾ ਕੋਈ 1.5 ਲੀਟਰ, ਦੋਵਾਂ ਸਾਈਡਾਂ ਤੇ 3-3 ਲੀਟਰ ਇੱਕ ਹਾਂਡੀ 'ਚ, ਮੁੰਡਿਆਂ ਨੇ ਪਾਇਆ 3-3 ਲੀਟਰ ਦੋਵਾਂ ਸਾਈਡ, ਸਾਰਾ ਤੇਲ ਵੀ ਬਦਲੀ ਕੀਤਾ ਮੁਕੰਮਲ, ਜੇ ਕਿੰਨਾ ਤੇਲ ਹੁਣ ਪਾਇਆ ਜੇ ਤੁਸੀਂ ਮੁਕੰਮਲ? ਮੁਕੰਮਲ ਨਹੀਂ ਚੇਂਜ ਕੀਤਾ, ਮੁਕੰਮਲ ਨਹੀਂ ਕੀਤਾ, ਮੁਕੰਮਲ ਨਹੀਂ, ਇੰਜਨ ਦਾ ਕੀਤਾ, ਇੰਜਨ ਦਾ ਬਸ ਕੀਤਾ, ਪਿਛਲੇ ਹਿੱਸੇ 'ਚ ਬਸ ਉਹ ਕੰਮ ਕੀਤਾ, ਹੋਰ ਉਸ ਤੋਂ ਇਲਾਵਾ ਤੁਸੀਂ ਇਹਦਾ ਆਹ ਡੈਸ਼ਬੋਰਡ ਦੇਖ ਸਕਦੇ ਜੇ, ਆਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਸਾਡਾ 290 ਦਾ, ਬਿਲਕੁਲ ਜੀ 290 ਦੇ ਆਪਣੀ ਕਾਫੀ। ਔਰ ਫਿਰ ਦੂਸਰੇ ਨੰਬਰ 'ਤੇ ਆਹ ਦੇਖੋ ਜਿਹੜੀ ਅਸਲ ਚੀਜ਼ ਹੈ ਦੇਖਣ ਵਾਲੀ, ਆਹ ਮਰਗਾੜ ਦੇਖੋ, ਮਰਗਾੜਾਂ ਨੂੰ ਜਿਹੜੀ ਸਪੋਟਾਂ ਲੱਗੀਆਂ, ਨਿੱਗਰ ਸਰੀਆ ਲੱਗਾ ਹੋਇਆ ਜੇ, ਕਿੰਨੇ ਇੰਚ ਦਾ? 1.5 ਇੰਚ ਮੋਟਾ, 1.5-2 ਇੰਚ ਮੋਟਾ ਨਿੱਗਰ ਸਰੀਆ ਲੱਗਾ ਹੈ, ਔਰ ਇੱਕ ਨਹੀਂ ਲੱਗੇ, ਦੋ ਲੱਗੇ, ਜ਼ਰਾ ਮਰਗਾੜਾਂ ਨੂੰ ਅੰਦਰੋਂ ਗੌਰ ਨਾਲ ਦੇਖੋ, ਦੇਖੋ ਪੂਰਾ ਸੋਲਿਡ ਹੈ, ਸੋਲਿਡ ਹੈ, ਆਹ ਪਾਈਪ ਨਹੀਂ ਲੱਗਾ, ਆਹ ਸੋਲਿਡ ਸਰੀਆ ਲੱਗਾ, ਔਰ ਪਲੇਟ ਥੱਲੇ ਪਲੇਟ ਦੀ ਮੋਟਾਈ ਦੇਖੋ, ਆਹ ਜਿਹੜਾ ਪੈਰ ਨੂੰ ਲੱਗਾ ਹੈ, ਆਹ ਪੈਰ ਕਿੰਨਾ ਮੋਟਾ ਹੈ, ਆਹ ਦੇਖੋ ਪੂਰਾ ਫਿੰਗਰ ਜਿੰਨਾ, ਚੀਚੀ ਜਿੰਨਾ ਮੋਟਾ ਹੈ, ਆਹ ਦੇਖੋ ਕਿੱਡੀ ਮੋਟੀ ਪਲੇਟ ਹੈ, ਔਰ ਕਿੱਡੀ ਆਹ ਐਡਾ ਮੋਟਾ ਪੈਪ ਦਾ ਲੱਗਣ ਦਾ, ਫਿਰ ਉਹਨਾਂ ਨੇ ਆਹ 1-1 ਇੰਚ ਦੀ ਫਿਰ ਅੱਗੇ ਸਪੋਰਟ ਲਾ ਦਿੱਤੀ ਹੈ। ਮੈਂ ਉਹਨਾਂ ਕੋਈ ਕਸਰ ਛੱਡੀ ਨਹੀਂ, ਲੋਹਾ ਉਹਨਾਂ ਨੇ ਇੰਨਾ ਕੁ ਭੜ ਲਾ ਦਿੱਤਾ ਨਾ, ਜਿਵੇਂ ਸਰੀਏ ਹੀ ਦੋਨੋਂ ਹੀ ਸਰੀਏ ਲਾਏ, ਔਰ ਆਹ ਪਲੇਟ ਦੂਸਰੀ ਪਲੇਟ ਦੇਖੋ, ਇਸ ਪਲੇਟ ਦੀ ਮੋਟਾਈ ਦੇਖੋ, ਵਾਹ ਮਰਗਾੜ ਇਹਦੇ ਵੀ ਉਸੇ ਤਰ੍ਹਾਂ, ਭਾਵੇਂ ਫੜ ਕੇ ਪੂਰੀ ਗੱਡੀ ਹਿਲਾਈ ਜਾਓ।
ਇਹ ਹਿਲਣੀ ਨਹੀਂ ਲੱਗਦਾ, ਪਹਾੜੀ ਬੜੀ ਹੈ, ਹਿਲ ਜਾਏਗੀ ਨਹੀਂ ਹਿਲ ਜਾਏਗੀ। ਅੱਛਾ ਆਹ ਇੱਥੋਂ ਲਿੰਕਾਂ ਵਾਸਤੇ, ਆਹ ਲਿੰਕਾਂ ਬਾਹਰ ਸੰਗਲੀਆਂ ਵਾਸਤੇ, ਠੀਕ ਹੋ ਗਿਆ। ਵਾਹ ਜੀ, ਅੱਛਾ ਮੁਕੰਮਲ ਓਵਰਆਲ ਇਹਦਾ ਮੁਕੰਮਲ ਇੰਜਨ ਓਵਰਆਲ ਕੀਤਾ ਹੈ, ਓਵਰਆਲ ਕਰਕੇ ਸਿਰਫ ਅਸੀਂ ਇਹਦਾ ਇੰਜਨ ਕੀਤਾ, ਆਇਲ ਕੂਲਰ ਲਾਇਆ ਅਤੇ ਪੀ ਟੀ ਓ ਨੂੰ ਮੈਨੂਅਲ ਕੀਤਾ। ਇੱਕ ਆ ਜਿਹੜਾ ਪਾਈਪ ਸੀ ਉਹ ਕਸਟਮਰ ਕਹਿੰਦਾ ਸੀ ਜ਼ਰਾ ਮੈਨੂੰ ਸੋਹਣਾ ਨਹੀਂ ਲੱਗਦਾ, ਤੁਸੀਂ ਇਹਨੂੰ ਵੱਡਾ ਲਾ ਦਿਓ, ਇਹਨੂੰ ਫਿਰ 85 ਵਾਲਾ ਲਾ ਦਿੱਤਾ ਅਤੇ ਆਹ ਪ੍ਰੀ ਵੀ 85 ਵਾਲੀ ਲਾ ਦਿੱਤੀ। ਹਾਂ ਹੁਣ ਮੁਕੰਮਲ ਟਰੈਕਟਰ ਤਾਂ ਬਿਲਕੁਲ ਹੋ ਗਿਆ, ਜ਼ੀਰੋ ਹੋ ਗਿਆ, ਉੱਤੋਂ ਇੱਕ ਵਾਰ ਸ਼ੋਅ ਵੀ ਕਰਾ ਲੈਂਦੇ ਨਾ, ਸ਼ੋਅ ਇਨਸ਼ਾਅੱਲਾ ਕਰੇਂਗੇ। ਉਹ ਅਜੇ ਟਾਈਮ ਨਹੀਂ, ਅਜੇ ਥੋੜ੍ਹੀ ਜਿਹੀ ਉਹ ਆਪਣੀ ਕਟਾਈ ਛਟਾਈ ਕਰ ਲੈਣ ਨਾ, ਫਸਲ ਸਾਂਭ ਲੈਣ, ਕਿਉਂਕਿ ਬਾਦਲ ਤੇ ਰੋਜ਼ ਤੇ ਬੱਦਲ ਹੋਏ ਹੁੰਦੇ ਆ ਤੇ ਉਹ ਕਹਿੰਦੇ ਜ਼ਿਮੀਦਾਰ ਕਹਿੰਦੇ ਮੈਂ ਕਿਹਾ ਅਜੇ ਪੇਂਟ ਦਾ ਟਾਈਮ ਨਹੀਂ ਹੈ, ਅਜੇ ਤੁਸੀਂ ਜਾ ਕੇ ਆਪਣਾ ਕੰਮ ਕਰ ਲਓ ਫਿਰ ਆ ਕੇ ਪੇਂਟ। ਫਿਰ ਇੱਕ ਤੁਹਾਨੂੰ ਮਜ਼ੇਦਾਰੀ ਦੀ ਗੱਲ ਹੋਰ ਦੱਸਾਂ, ਇਸ ਗੱਡੀ ਦੇ ਵਿੱਚ ਅਸੀਂ ਜਿਹੜੇ ਪਿਸਟਨ ਪਾਏ ਨਾ ਉਹ ਜਿਹੜੇ 165 'ਚ ਪਾਏ ਸੀ ਉਹ ਕੈਟਾਗਰੀ ਨੰਬਰ 1 ਦੇ ਸੀ, ਇਹਦੇ ਵਿੱਚ ਕੈਟਾਗਰੀ ਨੰਬਰ 2 ਦੇ ਪਿਸਟਨ ਪਾਏ ਆ, ਫਿਊਲ ਐਫੀਸ਼ੈਂਟ ਪਾਏ ਆ। ਹੁਣ ਐਰੀ ਗੱਡੀ ਦੀ ਤੁਹਾਨੂੰ ਆਵਾਜ਼ ਵੀ ਚੈੱਕ ਕਰਾਏਗੇ, ਸਮੋਕ ਵੀ ਚੈੱਕ ਕਰਾਏਗੇ, ਆਹ ਬਗੈਰ ਟਰਬੋ ਤੋਂ ਆਹ ਜਨਾਬ ਟਰਬੋ ਦੇ ਲਾਗੇ ਲਾਗੇ ਆ। ਕਿੰਨੇ ਹਾਰਸ ਪਾਵਰ ਆ? ਤਕਰੀਬਨ ਅਸੀਂ ਚੈੱਕ ਕੀਤਾ ਸੀ ਆਹ 48 ਅੰਪੇਅਰ ਤੱਕ ਚੈੱਕ ਹੋਇਆ, ਇਹਦਾ ਮਤਲਬ 88 ਹਾਰਸ ਪਾਵਰ ਤੱਕ ਅਸੀਂ ਇਹਨੂੰ ਚੈੱਕ ਕਰ ਲਿੱਤਾ। 88 ਹਾਰਸ ਪਾਵਰ ਜੈਨੂਅਨ, ਕਿੰਨੇ ਹਾਰਸ? 80 ਹੈ, 85 ਜੈਨੂਅਨ ਹੈ, 80-82 ਹੁੰਦੀ ਹੈ, 82-82 ਹੈ, 82 ਹੁੰਦਾ ਮਤਲਬ ਪੂਰਾ। ਇੰਗਲੈਂਡ ਵਾਲੇ ਵੀ 82 ਕਹਿੰਦੇ ਲੇਕਿਨ ਅਸੀਂ ਇਹਨੂੰ 88 ਤੱਕ ਚੈੱਕ ਕੀਤਾ, 88 ਤੱਕ ਆਪਣਾ ਜਿਹੜਾ ਆਪਣੇ ਲੋਡ ਤੇ ਚੈੱਕ ਕੀਤਾ। ਆਪਣਾ 290 ਕਿੰਨੇ ਤੱਕ ਜਾਂਦਾ? ਉਹ ਜਾਂਦਾ ਤਕਰੀਬਨ 42-43 ਅੰਪੇਅਰ ਤੱਕ, ਠੀਕ ਮਤਲਬ ਉਹ 82-84 ਤੱਕ, ਉਹ 82 ਹੈਗਾ, 42 ਹੈ ਨਾ ਤੇ 80-82 ਹੈਗਾ। ਆਹ ਜਿਹੜਾ ਅਸੀਂ 48 ਅੰਪੇਅਰ ਤੱਕ ਚੈੱਕ ਕੀਤਾ, ਇਹਦੇ ਵਿੱਚ ਅਸੀਂ ਪਿਸਟਨ ਚੇਂਜ ਕਰ ਦਿੱਤੇ ਨਾ, ਪਿਸਟਨ ਦੀ ਕੈਟਾਗਰੀ ਚੇਂਜ ਕਰ ਦਿੱਤੀ ਹੈ, ਔਰ ਇਸ ਪਿਸਟਨ ਦੀ ਕੈਟਾਗਰੀ ਤੇ ਇਨ ਫਿਊਚਰ ਅਸੀਂ ਟਰਬੋ ਵੀ ਲਾ ਸਕਾਂਗੇ। ਅੱਛਾ ਜੀ, ਇਹਦਾ ਦੁਬਾਰਾ ਇੰਜਨ ਖੋਲਣਾ ਨਹੀਂ ਪਏਗਾ ਸਾਨੂੰ ਟਰਬੋ ਲਾਉਣ ਵਾਸਤੇ, ਇਹਨੂੰ ਐਸੇ ਤੇ ਹੀ ਟਰਬੋ ਬਾਹਰੋਂ ਟਰਬੋ ਲੱਗ ਸਕਦੀ ਹੈ, ਬਾਹਰੋਂ ਲੱਗ ਹੁਣ ਅਸੀਂ ਇਹ 'ਚ ਟਰਬੋ ਵਾਲੇ ਪਿਸਟਨ ਪਾ ਦਿੱਤੇ। ਨਹੀਂ ਤੁਹਾਡਾ ਜਿਹੜਾ 165 ਤਿਆਰ ਹੋਇਆ ਬਹੁਤ ਅੱਛਾ ਚੱਲ ਰਿਹਾ ਮੇਰੇ ਬੰਦੇ, ਅੱਲਾ ਨੇ ਚਲਾਇਆ ਆ ਵੀ ਇਨਸ਼ਾਅੱਲਾ। ਦੇਖੋ ਇੱਕ ਤੋਹਫਾ ਤਿਆਰ ਕੀਤਾ, ਹੁਣ ਆਹ ਭਾਈ ਹੋਣੀ ਚਲਾਉਣਗੇ ਅਤੇ ਫੀਲਡ 'ਚ ਤੁਸੀਂ ਜਾ ਕੇ ਚੈੱਕ ਕਰਨਾ। ਮੈਂ ਇਹਨਾਂ ਨੂੰ ਸਪੈਸ਼ਲੀ ਕਿਹਾ ਕਿ ਤੁਸੀਂ ਮੈਨੂੰ ਇਹਦਾ ਫਿਊਲ ਚੈੱਕ ਕਰਕੇ ਦੱਸਣਾ, ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਫਿਊਲ ਐਫੀਸ਼ੀਐਂਟ ਪਿਸਟਨ ਤੇ ਜਾਈਏ। ਇਹਦੇ ਵਿੱਚ ਅਸੀਂ ਫਿਊਲ ਐਫੀਸ਼ੀਐਂਟ ਪਿਸਟਨ ਪਾਇਆ 2 ਨੰਬਰ ਕੈਟਾਗਰੀ ਦਾ, ਹੁਣ ਦੇਖਦੇ ਹਾਂ ਕਿ ਇਹਦਾ ਰਿਜ਼ਲਟ। 1 ਨੰਬਰ ਫਿਊਲ ਐਫੀਸ਼ੀਐਂਟ ਜਿਹੜਾ ਪਿਸਟਨ ਹੈ ਉਹਦੀ ਕਾਰਕਰਦਗੀ ਅੱਛੀ ਆਉਂਦੀ ਹੈ, ਕੈਰੀ ਅੱਛੀ ਆਉਂਦੀ ਹੈ। ਹੁਣ ਆਹ ਸਾਡੀਆਂ ਗੱਡੀਆਂ ਦਾ ਆਪਸ 'ਚ ਮੁਕਾਬਲਾ ਹੈ ਕਿ ਆਪਸ 'ਚ ਕਿਹੜੀ ਅੱਛੀ ਚੱਲਦੀ ਹੈ, ਜਿਹੜੀ ਅੱਛੀ ਚੱਲੇਗੀ ਅਸੀਂ ਉਸ ਕੈਟਾਗਰੀ ਦੇ ਇੰਜਨ ਜ਼ਿਆਦਾ ਬਣਾਉਣੇ ਸ਼ੁਰੂ ਕਰ ਦਾਂਗੇ, ਠੀਕ ਹੈ। ਤਕਰੀਬਨ ਐਵੇਂ ਇੱਕ ਦੋ ਇੱਧਰ ਖੜੇ ਹੋ ਕੇ ਦੇਖੋ ਨਾ, ਇੱਕ ਦੋ ਉਂਗਲ ਦਾ ਫਰਕ ਹੈ, 3 ਇੰਚ ਟਾਇਰ ਹੈਗਾ ਬਾਹਰ ਇਹਦੇ ਵਿੱਚ। ਹੁਣ ਅਗਰ ਕੋਈ ਲੋਕ ਕਹਿੰਦੇ ਨਾ, ਇੱਥੋਂ ਦੇਖੋ ਨਾ, ਇੱਥੋਂ ਆ ਕੇ ਦੇਖੋ, ਇਹ ਇੰਗਲੈਂਡ ਦਾ ਜਿਹੜਾ ਡਿਜ਼ਾਈਨ ਹੈ, ਇਹਦੇ ਵਿੱਚ ਵੀ ਮੈਂ ਉੱਧਰ ਖੜੇ ਹੋ ਕੇ ਦਿਖਾਉਣਾ, ਆਹ ਵੀ 4 ਇੰਚ ਬਾਹਰ ਜੇ ਟਾਇਰ ਬਾਹਰ ਹੀ ਹੈ, ਆਹ ਹੁਣ ਇੰਗਲੈਂਡ ਦਾ ਲੋਕਲ ਨਹੀਂ ਬਣਿਆ ਹੋਇਆ, ਆਹ ਦੇਖੋ ਪੂਰਾ ਇੱਕ ਚੱਪਾ ਟਾਇਰ ਬਾਹਰ ਜੇ ਬਾਹਰ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਆਹ ਆਹ ਹੁਣ ਇਹ 'ਚ ਲੋਕਲ ਨਹੀਂ ਹੈ, ਜੈਨੂਅਨ ਇੰਗਲੈਂਡ ਦਾ ਜੇ। ਇਹਦੇ ਵਿੱਚ ਵੀ ਪੂਰੇ ਇੱਕ ਚੱਪੇ ਦਾ ਫਰਕ ਹੈ, ਇੰਨਾ ਫਰਕ ਹੈਗਾ ਅਜਾ, ਮਤਲਬ ਤੁਹਾਨੂੰ ਬਿਲਕੁਲ ਜਿਹੜੀ 19-20 ਦਾ ਵੀ ਫਰਕ ਨਹੀਂ ਛੱਡਿਆ ਜਿਹੜਾ ਆਪਣਾ 290 ਤਿਆਰ ਕੀਤਾ। ਹਾਂ ਲੇਕਿਨ ਅਗਰ ਉਹ ਅੱਗੋਂ ਕਸਟਮਰ ਦੀ ਅਗਰ ਡਿਮਾਂਡ ਹੈ ਇਹਨੂੰ ਅੱਗੇ ਕਰਨ ਦਾ, ਉਹ ਵੀ ਕੰਪਨੀ ਨੂੰ ਇਨਸ਼ਾਅੱਲਾ ਦੱਸੇਗੇ। ਆਹ ਮੁੱਠਾ ਦੇਖੋ ਜ਼ਰਾ,
ਮੁੱਠ ਨੂੰ ਫੜ ਕੇ ਬੜੀ ਹੈਵੀ ਮੁੱਠ ਲਾ ਜਿਹੜੀ ਆ ਦੇਖੋ ਮੁੱਠ ਤੋਂ ਫੜ ਕੇ ਪੂਰੀ ਗੱਡੀ ਲਾ ਲਓ ਕਮਾਲ ਨੀ ਕਰ ਦਿੱਤਾ ਆ ਗੱਡੀ ਕਸਟਮਰ ਕੋਲੋਂ ਪੁੱਛਣੇ ਆ ਇਹਨਾਂ ਨੇ ਕਿੰਨੇ ਦੀ ਲਈ ਪਾਵਰ ਸਟੀਅਰਿੰਗ ਆ ਨਦੀਮ ਸਾਹਿਬ ਨਹੀਂ ਮੈਨੂਅਲ ਮੈਨੂਅਲ ਪਾਵਰ ਪਾਵਰ ਸੋਰੀ ਪਾਵਰ ਹੈ ਕਿ ਆ ਦੇਖੋ ਜੈਕ ਲੱਗਾ ਹੋਇਆ ਉਹ ਪਾਵਰ ਪੰਪ ਲੱਗਾ ਤੇ ਪਾਵਰ ਹੀ ਹੈ ਪਾਵਰ ਹੀ ਹੈ ਹਾਂਜੀ ਆਓ ਜੀ ਸਰ ਜੀ ਤੁਸੀਂ ਦੱਸੋ ਗੱਡੀ ਕਿੰਨੇ ਦੀ ਲਈ ਹੈ ਹਾਂਜੀ ਫੜਾਓ ਫੜ ਨਾ ਹਾਂਜੀ ਮਾਈਕ ਦੇ ਜੀ ਅਸਲਾਮ ਵਾਲੇਕਮ ਜੀ ਵਾਲੇਕਮ ਸਲਾਮ ਭਾਜੀ ਕੀ ਹਾਲ ਠੀਕ ਠਾਕ ਹੋ ਸ਼ੁਕਰ ਅੱਲਾਹ ਪਾਕ ਜੀ ਭਾਜੀ ਕੀ ਨਾਮ ਆਪਣਾ ਸ਼ਾਹਿਦ ਜਮੀਲ ਅੱਛਾ ਤੇ ਭਾਜੀ ਕਿੱਥੋਂ ਲਈ ਜੀ ਇਹ ਗੱਡੀ ਇਹ ਗੱਡੀ ਲੈ ਕੇ ਆਏ ਹਾਂ ਜੀ ਅਸੀਂ ਸਵਾਬੀ ਤੋਂ ਸਵਾਬੀ ਤੋਂ ਹਾਂਜੀ ਤੇ ਕਦੋਂ ਦੀ ਲਈ ਕਦੋਂ ਦੇ ਚਲਾ ਰਹੇ 6 ਮਹੀਨੇ ਹੋ ਗਏ 6 ਮਹੀਨੇ ਚਲਾਈ ਵੀ ਹੈ ਪਹਿਲਾਂ ਹਾਂਜੀ ਚਲਾਈ ਹੈ ਕੀ ਮਸਲਾ ਆ ਰਿਹਾ ਸੀ ਇਹਦੇ 'ਚ ਠੀਕ ਚੱਲ ਰਹੀ ਸੀ ਬਸ ਇੰਜਨ ਕਮਜ਼ੋਰ ਸੀ ਤੇ ਕਿ ਅਸੀਂ ਕਿਹਾ ਨਵਾਂ ਓਵਰਆਲ ਗਰਮ ਹੋ ਜਾਂਦਾ ਇਹ ਹਾਂਜੀ ਅੱਛਾ ਕਿੰਨੇ 'ਚ ਲਈ ਉਦੋਂ ਇਹ 25 ਲੱਖ ਕੇ 25 ਲੱਖ ਦੀ ਹਾਂਜੀ ਵਾਹ ਜੀ ਵਾਹ ਤੇ ਕਿਵੇਂ ਉੱਥੇ ਕੋਈ ਨੁਮਾਇਸ਼ ਵਗੈਰਾ ਲੱਗਦੀ ਕਿਵੇਂ ਨਹੀਂ ਬਸ ਫੇਸਬੁੱਕ ਤੇ ਵੇਖਿਆ ਤੇ ਜਾ ਕੇ ਲਿਆ ਹਾਂ ਹਾਂਜੀ ਤੇ ਆਪਣੇ ਲੋਕਲ ਤੁਸੀਂ ਇੰਨੇ 25 ਲੱਖ ਇਹ ਲਿਆ ਉੱਤੇ ਕਿੰਨਾ ਲੱਗਾ ਹੁਣ ਉੱਤੇ ਵੀ ਕੋਈ 5 ਕੁ ਲੱਖ ਲੱਗ ਗਿਆ ਜੀ 5 ਲੱਖ 'ਚ ਓਵਰਆਲ ਮਤਲਬ ਇੰਜਨ ਹੋਇਆ ਤੇ 30 ਲੱਖ ਬਾਕੀ ਸਾਰਾ ਕੰਮ ਜਿਹੜਾ ਅੱਛਾ ਹਾਂਜੀ ਤੇ ਤੁਸੀਂ ਆਪਣੇ ਇਹਦੇ ਨਾਲ ਨਵਾਂ ਕਿਉਂ ਨਹੀਂ ਪ੍ਰੈਫਰ ਕੀਤਾ ਨਹੀਂ ਨਵੇਂ ਨੂੰ ਸਾਨੂੰ ਇਹ ਬਿਹਤਰ ਲੱਗਾ ਬਿਹਤਰ ਲੱਗਾ ਹਾਂਜੀ ਕੀ ਸਮਝਦੇ ਹੋ ਕੀ ਬਿਹਤਰ ਇਹਦੇ ਵਿੱਚ ਉਹਦੇ ਨਾਲ ਇਹਦੇ ਨਾਲ ਮਜ਼ਬੂਤੀ ਇਹਦੀ ਜ਼ਿਆਦਾ ਹੁੰਦੀ ਨਾ ਹਾਂ ਇਹ ਤੇ ਗੱਲ ਹੈ ਲੋਹੇ ਇਹਨਾਂ ਇਹਨਾਂ ਲਾ ਦੇਣ ਤੁਸੀਂ ਕਬਾੜ ਰੇਟ 'ਚ ਵੀ ਵੇਚੋਗੇ ਨਾ ਤੇ ਫਿਰ ਵੀ ਤੁਹਾਡਾ ਸਕੂਨ ਨਾ ਵੇਖ ਜਾਣਾ ਜਿਹੜਾ ਪੈਸੇ ਨਹੀਂ ਨਹੀਂ ਆ ਤੇ ਇਹਨਾਂ ਦਾ ਮੇਰਾ ਹੈ ਮੈਨੂਅਲ ਟਰੈਕ ਜਿਹੜਾ ਹੈਗਾ ਉਹਦੇ ਰੇਟ ਦੇ ਉੱਤੇ ਇਹਨਾਂ ਨੂੰ 4x4 ਮਿਲ ਗਿਆ ਆ ਟਾਇਰ ਸ਼ਾਇਰ ਤੁਸੀਂ ਆਪ ਆਏ ਹਾਂਜੀ ਆਪ ਆਏ ਆ ਟਾਇਰ ਆਪ ਆਏ ਇਹ ਪਿਛਲੇ ਪਹਿਲੇ ਤੇ ਇਹ ਇਹਨਾਂ ਨੇ ਪਾਏ ਇਹ ਕਿਹੜੀ ਕੰਪਨੀ ਦੇ ਪਾਏ ਜੇ ਟਾਇਰ ਇਹ ਉਸਕਾ ਕੰਪਨੀ ਦੇ ਉਸਕਾ ਵੀ ਬਾਹਰ ਦੇ ਟਾਇਰ ਪਾਏ ਨੇ ਇਹਨਾਂ ਨੇ ਤੇ ਕਿੰਨੇ 'ਚ ਲਈ ਜੋੜੀ ਇਹ 1,35,000 ਜੀ ਫਰੰਟ ਦੀ ਹਾਂਜੀ ਪਿਛਲੇ ਠੀਕ ਸਾਂ ਚੱਲ ਜਾਣਗੇ ਦੋ ਤਿੰਨ ਸਾਲ ਹੈ ਤੇ ਕਿਹੜਾ ਕੰਮ ਕਰਨਾ ਇਹਦੇ ਨਾਲ ਇਹਦੇ ਨਾਲ ਸਾਰਾ ਕੰਮ ਜ਼ਿੰਮੇਦਾਰੀ ਦਾ ਕਰੀ ਦਾ ਜੀ ਕੀ ਰੱਖਿਆ ਚਾਪਰ ਚੁਪਰ ਚਲਾਉਂਦੇ ਹੋ ਚਾਪਰ ਨਹੀਂ ਚਲਾਈ ਦੀ ਰੋਟਾਵੈਟਰ ਡਿਸਕਾਂ ਹਾਲਾਂ ਸਾਰਾ ਕੁਝ ਚ
ਮਾਸ਼ਾਅੱਲਾ ਪਾ ਜੀ। ਤੇ ਬਾਕੀ ਨਦੀਮ ਸਾਹਿਬ ਨੇ ਹੱਥ ਲਾਏ ਤਾਂ ਤੇ ਹੋਰ ਤਗੜਾ ਹੋ ਗਿਆ ਅੱਲਾ ਕਹਿ। ਨਦੀਮ ਸਾਹਿਬ ਦੀ ਵੀਡੀਓ ਵੇਖੀ ਦੀ ਸੀ ਤੇ ਉਹ ਆ ਗਏ ਉਹਨਾਂ ਕੋਲ ਕੰਮ ਕਰਾਉਣ, ਲੇਕਿਨ ਆਏ ਆ ਤੇ ਪਤਾ ਚੱਲਿਆ ਵਾਕਈ ਕੰਮ ਠੀਕ ਹੁੰਦਾ। ਟਾਈਮ ਮਿਲ ਗਿਆ ਤੁਹਾਨੂੰ ਨਦੀਮ ਸਾਹਿਬ ਕੋਲ? ਟਾਈਮ ਹੀ ਬਸ ਟਾਈਮ, ਪਹਿਲਾਂ ਕੋਈ 15 ਦਿਨ ਟਾਈਮ ਲੈਂਦੇ ਰਹੇ ਤੇ 15 ਕੁ ਦਿਨ ਹੁਣ ਹੋ ਗਏ ਨੇ। ਅੱਛਾ, ਅੱਲਾ ਕੀਤਾ ਤੇ ਹੁਣ ਕੰਮ ਆਜ ਫਾਈਨਲ ਹੋ ਗਿਆ। ਬੰਦੇ ਸਾਨੂੰ ਸ਼ਿਕਾਇਤਾਂ ਕਰਦੇ ਯਾਰ ਨਦੀਮ ਸਾਹਿਬ ਟਾਈਮ ਹੀ ਨਹੀਂ ਦਿੰਦੇ। ਮੈਂ ਭਾਜੀ ਨਹੀਂ ਟਾਈਮ ਸੰਦ ਦੇ ਦਿੱਤਾ, ਮਿਹਰਬਾਨੀ ਇਹਨਾਂ ਤੇ। ਅੱਜ ਕੱਲ੍ਹ ਫ੍ਰੀ ਸੀ ਨਾ ਤਾਂ ਹੀ ਦੇ ਦਿੱਤਾ ਨਾ, ਹੁਣ ਤੁਹਾਡੇ ਤੋਂ ਬਾਅਦ ਫਿਰ ਫ੍ਰੀ ਨੇ, ਅਗਰ ਕੋਈ ਕਰਨਾ ਚਾਹੇ ਤੇ ਰਾਬਤਾ ਕਰ ਲਏ। ਹੈ ਹਾਂ ਠੀਕ ਹੈ, ਚਲੋ ਠੀਕ ਹੋ ਗਿਆ ਭਾਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਛੱਡ ਦਿਓ ਰੇਸ ਆਇਓ, ਹਲੋ ਚੈੱਕ ਕਰੋ, ਫੁੱਲ ਲੋਜ ਅਜੇ ਜਾ ਰਿਹਾ, ਫੁੱਲ ਲੋਜ ਤੋੜਾ ਚੈੱਕ ਕਰੋ, ਬਿਲਕੁਲ ਹੌਲੀ। ਚਲੋ ਜੀ ਹੁਣ ਬਦਲੋ ਗੇਰ। ਤਿੰਨ ਲੀਵਰ ਨੇ ਜੀ, ਰੇਸ ਤੇ ਨਾ ਦਿੱਤੀ, ਰੇਸ ਤੋਂ ਪੈਰ ਚੁੱਕਿਆ, ਚੈੱਕ ਕਰੋ। ਤਿੰਨ ਸਪੀਡਾਂ ਮਿਲ ਜਾਂਦੀਆਂ ਜੀ ਇਹਦੇ ਵਿੱਚ, 290 ਸਪੈਸ਼ਲ 4x4। ਫੁੱਲ ਹਾਈ, ਹਾਂ
ਬਾ ਖਿਲਾਰੋ ਜਰਾ ਰੇਸ ਦਿਓ ਜਰਾ ਤੂੰ ਹੁਣ ਚੈੱਕ ਕਰੀਏ ਦਿਓ ਰੇਸ ਜਰਾ ਜੀ ਕੋਈ ਸਮੋਕ ਨਹੀਂ ਕੋਈ ਧੂੰਆਂ ਨਹੀਂ ਪਹਿਲਾਂ ਖਿਆਲ ਕਰੇ ਪੂਰਾ ਫਿੱਟ ਨਦੀਮ ਸਾਹਿਬ ਨੇ ਤਿਆਰ ਕਰ ਦਿੱਤਾ ਅਤੇ ਦੋਸਤੋ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਲਾਜ਼ਮੀ ਕਰ ਦੇਣਾ ਅੱਜ ਮੌਜੂਦ ਹੈ ਨਦੀਮ ਬਦਰ ਆਟੋ ਇੰਜੀਨੀਅਰਿੰਗ ਐਂਡ ਸਰਵਿਸ।